ਬਰਨਾਲਾ ਦੇ ਜਿਹੜਾ ਪ੍ਰਸ਼ਾਸਨ ਵੱਲੋਂ ਸਾਡੇ ਐਸਐਸਪੀ ਸੰਦੀਪ ਮਲਕ ਜੀ ਵੱਲੋਂ ਜਿਹੜਾ ਬੱਚਿਆਂ ਨੂੰ ਨਸ਼ਿਆਂ ਤੋਂ ਪਾਸੇ ਰਹਿਣ ਦੇ ਲਈ ਪ੍ਰੇਰਿਤ ਕਰਨ ਦੇ ਲਈ ਇੱਕ ਸਾਈਕਲ ਰੈਲੀ ਹੈ ਜਿਹੜੀ ਜਾਂ ਮੈਰਾਥਨ ਆ ਇਹ ਸ਼ੁਰੂ ਕਰਾਈ ਗਈ ਹੈ ਤੇ ਤਾਂ ਕਿ ਬੱਚੇ ਆ ਜਿਹੜੇ ਆਉਣ ਵਾਲਾ ਦੇਸ਼ ਦਾ ਭਵਿੱਖ ਹੁੰਦੇ ਆ ਤੇ ਉਹਨਾਂ ਬੱਚਿਆਂ ਨੂੰ ਹੁਣ ਸ਼ੁਰੂ ਤੋਂ ਹੀ ਇਸ ਸਕੂਲ ਲਾਈਫ ਤੋਂ ਹੀ ਜਿਹੜਾ ਨਸ਼ਿਆਂ ਤੋਂ ਦੂਰ ਰਹਿਣ ਦਾ ਜਿਹੜਾ ਸੁਨੇਹਾ ਦੇਣ ਦੇ ਲਈ ਪੂਰੇ ਜਿਹੜਾ ਸ਼ਹਿਰ ਵਾਸੀਆਂ ਦੇ ਲਈ ਜਿਹੜਾ ਸੰਦੀਪ ਮਲਕ ਜੀ ਵੱਲੋਂ ਤੇ ਪੂਰੇ ਜਿਹੜਾ ਬਰਨਾਲੇ ਜ਼ਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਇਦੋਂ ਕੀਤਾ ਗਿਆ ਉਹ ਬਹੁਤ ਹੀ ਸ਼ਲਾਘਾਯੋਗ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਇਹ ਹੋਰ ਵੀ ਵਧੀਆ ਤਰੀਕੇ ਨਾਲ ਔਰ ਲਗਾਤਾਰ ਹੁਣੇ ਹੁੰਦੇ ਰਹਿਣੇ ਚਾਹੀਦੇ ਆ ਤਾਂ ਕਿ ਬੱਚਿਆਂ ਨੂੰ ਇੱਕ ਸੁਨੇਹਾ ਮਿਲੇ ਕਿ ਇਹ ਨਸ਼ੇ ਜਿਹੜੇ ਹੈਗੇ ਉਹਨਾਂ ਦੀ ਜਿਹੜੀ ਜ਼ਿੰਦਗੀ ਨੂੰ ਉਹਨਾਂ ਦੇ ਸਰੀਰ ਨੂੰ ਜਾਂ ਉਹਨਾਂ ਦੇ ਜਿਹੜਾ ਸਮਾਜਿਕ ਜਿਹੜੀ ਹੁੰਦੀ ਆ ਭਾਈਚਾਰਾ ਉਹਨਾਂ ਨੂੰ ਜਿਹੜਾ ਇਹ ਬਰਬਾਦ ਕਰਦਾ ਸੋ ਇੱਕ ਚੰਗਾ ਸੁਨੇਹਾ ਪੂਰੇ ਪੰਜਾਬ ਦੇ ਨੌਜਵਾਨਾਂ ਦੇ ਲਈ ਤੇ ਜਿਹੜੀ ਸਾਈਕਲ ਰੈਲੀ ਨੂੰ ਹੁਣ ਝੰਡੀ ਦਿੱਤੀ ਗਈ ਆ ਤੇ ਉਹਦੇ ਨਾਲ ਨਾਲ ਜਿਹੜਾ ਜਿਹੜੀ ਮੈਰਾਥਨ ਨੂੰ ਵੀ ਹਰੀ ਝੰਡੀ ਦਿੱਤੀ ਗਈ ਆ। ਪੰਜਾਬ ਸਰਕਾਰ ਇਸ ਦੇ ਵਿੱਚ ਕੀ ਕਰ ਰਹੀ ਹੈ? ਕੋਈ ਪੰਜਾਬ ਸਰਕਾਰ ਤਾਂ ਹਮੇਸ਼ਾ ਹੀ ਨਸ਼ੇ ਨੂੰ ਖਤਮ ਕਰਨ ਦੇ ਲਈ ਲੱਗੀ ਹੋਈ ਆ। ਜਿੱਦਾਂ ਪਿਛਲੇ ਮਹੀਨੇ ਤੁਹਾਨੂੰ ਪਤਾ ਹੀ ਹੋਣਾ ਕਿ ਆਪਣੇ ਜ਼ਿਲ੍ਹੇ ਦੇ ਜ਼ਿਲ੍ਹੇ ਦੀ ਪੁਲਿਸ ਨੇ ਭਦੌੜ 1,72,00,000 ਸਮਥਿੰਗ ਦੀ ਜਿਹੜੀ ਜਾਇਦਾਦ ਆ ਉਹਨੂੰ ਫਰੀਜ਼ ਕਰਿਆ ਹਨਾ, ਤਾਂ ਸਰਕਾਰ ਔਰ ਬਰਨਾਲਾ ਜ਼ਿਲ੍ਹਾ ਤਾਂ ਇਸ ਚੀਜ਼ ਦੇ ਵਿੱਚ ਬਹੁਤ ਅੱਗੇ ਰਿਹਾ ਕਿਉਂਕਿ ਵੱਡੀਆਂ ਵੱਡੀਆਂ ਨਸ਼ੇ ਦੀਆਂ ਖੇਪਾਂ ਬਰਨਾਲਾ ਪੁਲਿਸ ਨੇ ਜਿਹੜੀਆਂ ਫੜ ਕੇ ਉਹ ਜਿਹੜੀਆਂ ਜ਼ਬਤ ਕਰੀਆਂ ਔਰ ਨਸ਼ੇ ਨੂੰ ਖਤਮ ਕਰਨ ਲਈ ਹਮੇਸ਼ਾ ਸਰਕਾਰ ਔਰ ਜਿਹੜੀ ਪੁਲਿਸ ਆ ਉਹ ਤਤਪਰ ਹੈ। ਜੀ ਐਂਟੀ ਡਰਗ ਕੈਂਪੇਨ ਜੋ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਉਡੀਕਿਆ ਗਿਆ ਉਹਦੇ ਤਹਿਤ ਹੀ ਹਰ ਜ਼ਿਲ੍ਹੇ ਦੇ ਵਿੱਚ ਲੋਕਾਂ ਨੂੰ ਜਾਗਰੂਕ ਬੱਚਿਆਂ ਨੂੰ ਜਾਗਰੂਕ ਕਰਨ ਵਾਸਤੇ ਫੰਕਸ਼ਨਸ ਕੀਤੇ ਜਾ ਰਹੇ। ਉਸੀ ਲੜੀ ਤਹਿਤ ਪਹਿਲਾਂ ਵੀ ਅਸੀਂ ਬਰਨਾਲਾ ਪੁਲਿਸ ਵੱਲੋਂ ਇੱਕ ਵਾਕੇਥੋਨ ਮੈਰਾਥਨ ਕਰਾਈ ਸੀਗੀ ਕੁਝ ਦਿਨ ਪਹਿਲਾਂ ਤੇ ਹੁਣ ਇੱਕ ਹੋਰ ਅਸੀਂ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਹੋਰ ਵੱਡਾ ਪਾਰਟਿਸਿਪੇਸ਼ਨ ਹੋਇਆ ਜਿਹਦੇ ਵਿੱਚ ਅਸੀਂ 3 ਪ੍ਰੋਗਰਾਮ ਰੱਖੇ ਸਾਈਕਲੋਥੋਨ ਵਾਕੇਥੋਨ ਐਂਡ ਮੈਰਾਥਨ। ਇਸ ਦੇ ਥਰੂ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਯੰਗਸਟਰਸ ਨੂੰ ਕਿ ਬਈ ਸਪੋਰਟਸ ਦੇ ਵੱਲ ਜਾਗਰੂਕ ਹੋ ਤੇ ਨਸ਼ਿਆਂ ਤੋਂ ਦੂਰ ਰਹੋ। ਇਹ ਜੀ ਅਸੀਂ 3 ਰਾਊਂਡਸ ਦੇ ਵਿੱਚ ਰੱਖਿਆ, 10 ਕਿਲੋਮੀਟਰ ਦੀ ਅਸੀਂ ਸਾਈਕਲਿੰਗ ਰੱਖੀ ਹੈ, 5 ਕਿਲੋਮੀਟਰ ਦੀ ਮੈਰਾਥਨ ਤੇ ਵਾਕੇਥੋਨ ਰੱਖੀ ਹੈ। ਵਾਲੇ ਪਾਸੇ ਖੜਾ।